ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਸ਼ਾਹਿਦ ਸ਼ਬੀਰ ਔਫੀਸ਼ੀਅਲ। ਮੈਂ ਤਮਾਮ ਪਿਆਰੀ ਸੰਗਤ ਨੂੰ ਲੈ ਕੇ ਇਸ ਵੇਲੇ ਪਹੁੰਚਿਆ ਵਾਂ। ਮੈਂ ਕਦੇ ਵੀ ਇਸ ਗੁਰਦੁਆਰੇ ਸਾਹਿਬ ਦੀ ਜਿਹੜੀ ਹੈ ਬਿਲਡਿੰਗ ਉਹਨੂੰ ਖੁੱਲ੍ਹਾ ਨਹੀਂ ਸੀ ਦੇਖਿਆ। ਅਸੀਂ ਸਪੈਸ਼ਲ ਔਰਡਰ ਦੇ ਉੱਤੇ ਅੱਜ ਖੁਲਵਾ ਕੇ ਅਤੇ ਅਸੀਂ ਸੰਗਤਾਂ ਨੂੰ, ਜਗਤ ਸੰਗਤ ਨੂੰ ਜਿਹੜੇ ਦਰਸ਼ਨ ਕਰਵਾਉਣ ਲਈ ਜਾ ਰਹੇ ਹਾਂ। ਇਹ ਗੁਰਦੁਆਰਾ ਜਿਹੜਾ ਇਹ ਨਿਹੰਗ ਸਿੰਘ ਕਹਲਾਉਂਦਾ ਜੀ, ਨਿਹੰਗ ਕੰਟੋਨਮੈਂਟ ਵੀ ਕਹਲਾਉਂਦਾ ਜੀ। ਇਹਦੇ ਮੁਤਲਕ ਜਿਹੜੀ ਹੈ ਬਹੁਤ ਜ਼ਿਆਦਾ ਮੇਰੇ ਕੋਲ ਜਾਣਕਾਰੀ ਨਹੀਂ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭਾਈ ਜਨਮ ਸਿੰਘ ਜਿਹੜੇ ਨੇ, ਰਾਜਵੀਰ ਵੀਰ ਜੀ ਜਿਹੜੇ ਨੇ, ਉਹਨਾਂ ਕੋਲੋਂ ਅਸੀਂ ਜਿਹੜਾ ਇਤਿਹਾਸ ਜਿਹੜਾ ਉਹਦੀ ਸਾਂਝ ਪਾਉਂਦੇ ਹਾਂ। ਅਤੇ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਭਾਈ ਨਿਸ਼ਾਨ ਸਿੰਘ, ਆਸਟ੍ਰੇਲੀਆ ਤੋਂ ਆਏ ਹੋਏ, ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਉਹਨਾਂ ਨੂੰ ਉਹ ਮੁੱਖ ਦਿਖਾਈਏ, ਉਹ ਚੀਜ਼ਾਂ ਦਿਖਾਈਏ, ਅਤੇ ਨਾਲ ਹੀ ਜਗਤ ਸੰਗਤ ਨੂੰ ਵੀ। ਉਹਨਾਂ ਦਾ ਮਿਸ਼ਨ ਹੀ ਇਹੀ ਹੈ ਜੀ। ਫਤਿਹ ਬੁਲਾ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਜਿੱਦਾਂ ਵੀਰ ਜੀ ਨੇ ਦੱਸਿਆ ਕਿ ਇਹ ਸਥਾਨ, ਇਸ ਨੂੰ ਨਿਹੰਗ ਸਿੰਘਾਂ ਦੀ ਛਾਉਣੀ ਹੈ ਜੀ। ਇਸ ਸਥਾਨ ਨੂੰ ਕਿਹਾ ਜਾਂਦਾ ਨਿਸ਼ਾਨ ਸਾਹਿਬ, ਝੂਲ ਰਹੇ ਇੱਥੇ ਕੇਸਰੀ ਰੰਗ ਦੇ, ਅਤੇ ਪਰ ਇਹ ਜਿਹੜਾ ਗੇਟ ਆ ਪਿੱਛੇ ਇਹ ਲੌਕਡ ਹੁੰਦਾ ਵਾ, ਅਤੇ ਇਹ ਹੁਣੇ ਬੇਨਤੀ ਕਰਨ 'ਤੇ ਉਹਨਾਂ ਨੇ ਖੋਲ੍ਹਿਆ ਦਰਸ਼ਨ ਕਰਾਉਣ ਵਾਸਤੇ। ਅਤੇ ਇਹਦੇ ਪਿੱਛੇ ਹੀ ਗੁਰਦੁਆਰਾ ਤੰਬੂ ਸਾਹਿਬ ਆ, ਨਾਲ ਹੀ ਅਸੀਂ ਉੱਥੇ ਵੀ ਜਾਵਾਂਗੇ ਇੱਥੋਂ ਦਰਸ਼ਨ ਕਰਕੇ ਛੇਤੀ ਹੀ। ਅਤੇ ਇੱਥੇ ਦਾ ਜਿਹੜਾ ਇਤਿਹਾਸ ਆ ਉਹਦੀ ਸਾਂਝ ਆਪਾਂ ਪਾਉਂਦੇ ਹਾਂ ਭਾਈ ਜਨਮ ਸਿੰਘ ਜੀ ਦੇ ਨਾਲ, ਅਤੇ ਅੱਗੇ ਵੀ ਆਪਾਂ ਨੂੰ ਇਤਿਹਾਸ ਸੁਣਾ ਰਹੇ ਬੜੇ ਵਧੀਆ ਤਰੀਕੇ ਨਾਲ। ਅਤੇ ਆਓ ਨਾਲ ਨਾਲ ਆਪਾਂ ਦੁਬਾਲੇ ਘੁੰਮ ਜਾਂਦੇ ਹਾਂ ਬਿਲਡਿੰਗ ਦੇ, ਅਤੇ ਨਾਲ ਨਾਲ ਦਰਸ਼ਨ ਕਰ ਲੈਂਦੇ, ਅਤੇ ਨਾਲ ਨਾਲ ਆਪਣਾ ਜਿਹੜਾ ਵਾ ਉਹ ਇਤਿਹਾਸ ਦੀ ਸਾਂਝ ਪੈ ਜੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸੰਗਤ ਨੂੰ ਸ਼ਾਇਦ ਪਹਿਲੀ ਵਾਰੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਲਾਈਵ, ਜਿੱਦਾਂ ਵੀਰ ਜੀ ਨੇ ਵੈਸੇ ਤਾਂ ਸਾਰੇ ਸਥਾਨਾਂ ਦੇ ਕੀਤੇ ਹੋਏ ਲਾਈਵ ਇੱਥੇ ਪਹਿਲਾਂ, ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦਾ ਇਤਿਹਾਸ ਸਾਨੂੰ ਜ਼ਰੂਰ ਸੁਣਾਓ ਚੰਗੀ ਤਰ੍ਹਾਂ। ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਗੁਰਦੁਆਰਾ ਨਿਹੰਗ ਸਿੰਘਾਂ ਦੀ ਛਾਉਣੀ, ਜਾਂ ਗੁਰਦੁਆਰਾ ਨਿਹੰਗ ਸਿੰਘਾਂ ਵੀ ਦੇ ਨਾਮ 'ਤੇ ਵੀ ਯਾਦ ਕੀਤਾ ਜਾਂਦਾ ਹੈ। ਜਿਸ ਜਗ੍ਹਾ ਦੇ ਉੱਤੇ ਗੁਰੂ ਕੇ ਸਿੰਘ ਆ ਕੇ ਆਪਣਾ ਟਿਕਾਣਾ ਕਰਦੇ ਸਨ, ਇਹ ਜ਼ਰੂਰੀ ਸੀ ਪੁਰਾਤਨ ਸਿੰਘਾਂ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਨੂੰ ਵੀ ਆਪਣੇ ਨਾਲ, ਉਹਨਾਂ ਦੇ ਦਰਸ਼ਨ ਲਈ ਸਵੇਰੇ ਸ਼ਾਮ ਬਾਣੀ ਪੜ੍ਹਨ ਲਈ ਨਾਲ ਹੀ ਉਹਨਾਂ ਦੇ ਉਹ ਚਾਲੇ ਪਾਉਂਦੇ ਸਨ। ਇਸ ਜਗ੍ਹਾ 'ਤੇ ਨਿਹੰਗਾਂ ਸਿੰਘਾਂ ਦਾ ਜਦੋਂ ਪੜਾਅ ਹੋਇਆ ਅਤੇ ਆਪ ਨੇ ਇੱਥੇ ਡੇਰਾ ਲਾਇਆ, ਸ਼ਹੀਦ ਭਾਈ ਲਕਸ਼ਮਣ ਸਿੰਘ ਧਾਰੋਵਾਲ, ਕਿਉਂਕਿ ਅੱਜ ਉਹਨਾਂ ਦੀ ਸ਼ਹਾਦਤ ਦਾ ਵੀ ਦਿਨ ਹੈ, ਇਹੋ ਹੀ ਜਗ੍ਹਾ ਹੈ। ਇਤਿਹਾਸਕਾਰ ਲਿਖਦੇ ਨੇ ਜਦੋਂ ਭਾਈ ਸ਼ਹੀਦ ਭਾਈ ਲਕਸ਼ਮਣ ਸਿੰਘ ਧਾਰੋਵਾਲ ਅਤੇ ਉਹਨਾਂ ਦੇ ਧਰਮ ਪਤਨੀ ਮਾਤਾ ਇੰਦਰ ਕੌਰ ਜੀ, ਅਤੇ ਨਾਲੇ ਹੀ ਉਹਨਾਂ ਦੇ ਬਣੇ ਹੋਏ ਪੁੱਤਰ ਸਰਦਾਰ ਮੰਗਲ ਸਿੰਘ ਜੀ ਜਿਹੜੇ ਨੇ, ਜਦੋਂ ਇਸ ਜਗ੍ਹਾ 'ਤੇ ਪਹੁੰਚੇ, ਅਤੇ ਉਸ ਵੇਲੇ ਭਾਈ ਲਕਸ਼ਮਣ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਭਾਈ ਅਸੀਂ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ, ਇਸ ਦੀ ਜਗ੍ਹਾ ਤੋਂ ਮੈਂ ਫਿਰ ਇੱਕ ਵਾਰੀ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਨੇ ਉਹ ਵਾਪਸ ਜਾ ਸਕਦੇ ਨੇ, ਅਤੇ ਜਿਨ੍ਹਾਂ ਨੇ ਹੁਣ ਉਸ ਸ਼ਹਾਦਤ ਦੇ ਜਾਮ ਪੀਣ ਨੂੰ ਅੱਗੇ ਚੱਲਣਾ ਹੈ ਉਹ ਮੇਰੇ ਨਾਲ ਚੱਲ ਸਕਦੇ ਨੇ। ਅਤੇ ਸੰਗਤਾਂ ਦੇ ਵਿੱਚੋਂ ਕੋਈ ਵੀ ਸਿੰਘ ਵਾਪਸ ਮੁੜਨ ਨੂੰ ਤਿਆਰ ਨਾ ਹੋਇਆ, ਅਤੇ ਬੀਬੀ ਇੰਦਰ ਕੌਰ ਜੀ ਜਿਹੜੇ ਉਹਨਾਂ ਦੇ ਧਰਮ ਪਤਨੀ ਸਨ, ਮਾਤਾ ਇੰਦਰ ਕੌਰ ਜੀ, ਉਹ ਵੀ ਅੱਗੇ ਵਧੇ, ਅਤੇ ਉਸੇ ਵੇਲੇ ਹੀ ਟਹਿਲ ਸਿੰਘ ਜੀ ਨੇ ਅਤੇ ਉਹਦੇ ਨਾਲ ਦੇ ਸਿੰਘਾਂ ਨੇ ਵਿੱਚੋਂ ਕਿਹਾ ਕਿ ਬੀਬੀ ਜੀ ਤੁਸੀਂ ਅੱਗੇ ਨਹੀਂ ਜਾਣਾ। ਉਹਨਾਂ ਨੇ ਕਿਹਾ ਕਿਉਂ ਵੀ ਜਦੋਂ ਬਾਣੀ ਪੜ੍ਹਦੇ ਅਮਰ ਛਕਦੇ ਹਾਂ ਅਤੇ ਜੂਝਣ ਦਾ ਚਾਅ ਕਿਸੇ ਦਾ ਬੰਦਿਆਂ ਲਈ ਕਿ ਮੈਂ ਕਿਉਂ ਨਹੀਂ ਜਾ ਸਕਦੀ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਸਿੰਘਾਂ ਦੀ ਜੇਬਾਂ 'ਚ ਪੈਸੇ ਨੇ ਉਹ ਸਾਰੇ ਆਪਣੇ ਜੇਬਾਂ 'ਚੋਂ ਪੈਸੇ ਕੱਢ ਕੇ ਦਿਓ, ਅੱਗੇ ਪੈਸਿਆਂ ਦਾ ਕੋਈ ਕੰਮ ਨਹੀਂ ਹੈ, ਅੱਗੇ ਸੀਸ ਧੜਦੀ ਬਾਜ਼ੀ ਲਾਉਣ ਦੀ ਜਿਹੜੀ ਜ਼ਰੂਰਤ ਪੈਣੀ ਹੈ। ਸਿੰਘਾਂ ਨੇ ਜਦੋਂ ਜੇਬਾਂ 'ਚੋਂ ਪੈਸੇ ਕੱਢੇ, 18 ਰੁਪਏ ਅਤੇ 6 ਆਨੇ ਕੰਨੇ ਜੇਬਾਂ 'ਚੋਂ ਪੈਸੇ ਨਿਕਲੇ, ਉਹ ਫਿਰ ਉਹ ਵਰਿਆਮ ਸਿੰਘ, ਟਹਿਲ ਸਿੰਘ ਅਤੇ ਹੋਰ ਸਿੰਘ ਜਿਹੜੇ ਨਾਲ ਸਨ ਉਹਨਾਂ ਨੇ ਉਹ ਪੈਸੇ ਬੀਬੀ ਇੰਦਰ ਕੌਰ ਜੀ ਦੀ ਝੋਲੀ 'ਚ ਰੱਖੇ। ਉਹਨਾਂ ਨੇ ਕਿਹਾ ਬੀਬੀ ਜੀ ਹੱਥ ਅੱਗੇ ਕਰੋ ਥੈਲੀ, ਕਹਿਣ ਲੱਗੇ ਮੇਰੇ ਹੱਥ 'ਤੇ ਕੀ ਰੱਖਣ ਲੱਗੇ ਹੋ, ਕਹਿਣ ਲੱਗਾ ਭੈਣ ਜੀ ਦੇਖੋ ਤੁਸੀਂ ਕੀ ਰੱਖਦੇ ਹੋ ਤੁਹਾਡੇ ਹੱਥ 'ਤੇ। ਉਹਨਾਂ ਦੇ ਹੱਥ ਦੇ ਉੱਤੇ ਉਹ 18 ਰੁਪਏ ਅਤੇ 6 ਟਕੇ ਰੱਖ ਕੇ ਉਹਨਾਂ ਨੇ ਕਿਹਾ ਕਿ ਸਾਡੇ ਅਸੀਂ ਹੁਣ ਆਪਣੇ ਬੱਚਿਆਂ ਕੋਲ, ਆਪਣੇ ਮਾਤਾ ਪਿਤਾ ਕੋਲ ਵਾਪਸ ਨਹੀਂ ਆਉਣਾ, ਲੇਕਿਨ ਤੂੰ ਸਾਡੀ ਭੈਣ ਹੈ, ਤੂੰ ਜਦੋਂ ਘਰ ਵਾਪਸ ਜਾਵੇਂ ਅਤੇ ਘਰ ਜਾ ਕੇ ਅਖੰਡ ਪਾਠ ਸਾਹਿਬ ਕਰਵਾਵੀਂ, ਅਤੇ ਸਾਡੇ ਦੀ ਜਿਹੜੇ ਸ਼ਹੀਦ ਹੋ ਜਾਵਾਂਗੇ ਉਹਨਾਂ ਦੀ ਯਾਦ ਵਿੱਚ ਪਿੱਛੋਂ ਅਖੰਡ ਪਾਠ ਸਾਹਿਬ ਕਰਵਾ ਕੇ ਅਤੇ ਗੁਰੂ ਕੀ ਖਾਲਸੇ ਨੂੰ ਲੰਗਰ ਛਕਾਉਣੇ ਨੇ। ਅਤੇ ਸਾਧ ਸੰਗਤ, ਅੱਜ ਜਿੱਥੇ ਅਸੀਂ ਸ਼ਹੀਦ ਭਾਈ ਲਕਸ਼ਮਣ ਸਿੰਘ ਜੀ ਉਹਨਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦੇ ਨੇ, ਅਤੇ ਉਹਨਾਂ ਦੀ ਧਰਮ ਪਤਨੀ ਮਾਤਾ ਇੰਦਰ ਕੌਰ ਜੀ ਦਾ, ਬੀਬੀ ਇੰਦਰ ਕੌਰ ਜੀ ਦਾ ਕਿੱਡਾ ਵੱਡਾ ਜਿਗਰਾ ਹੋਏਗਾ, ਜਿਹੜੇ ਆਪਣੇ ਪਤੀ ਨੂੰ ਤੋੜਦੀ ਪਈ ਹੈ, ਜਿਹੜੇ ਆਪਣੇ
ਇੱਕੋ ਪੁੱਤਰ ਨੂੰ ਜਿਹੜਾ ਉਹਨਾਂ ਦੀ ਆਪਣੀ ਕੁੱਖ 'ਚੋਂ ਵੀ ਨਹੀਂ ਜੰਮਿਆ, ਸਰਦਾਰ ਮੰਗਲ ਸਿੰਘ। ਕਿਉਂਕਿ ਆਪ ਨੂੰ ਯਾਦ ਹੈ ਕਿ ਇੱਕ ਕਨਵੈਨਸ਼ਨ ਦੇ ਦੌਰਾਨ, ਇੱਕ ਸਮਾਗਮ ਦੇ ਦੌਰਾਨ, ਇੱਕ ਛੋਟਾ ਜਿਹਾ ਬੱਚਾ ਸਟੇਜ 'ਤੇ ਚੜ੍ਹ ਕੇ ਬਾਬਾ ਗੁਰੂ ਨਾਨਕ ਦੀ ਬਾਣੀ ਗਾ ਰਿਹਾ ਸੀ, ਔਰ ਜਦੋਂ ਸਟੇਜ ਤੋਂ ਥੱਲੇ ਉਤਰਿਆ, ਭਾਈ ਲਛਮਣ ਸਿੰਘ ਧਾਰੋਵਾਲ ਜੀ ਅੱਗੇ ਵਧੇ, ਉਹਨਾਂ ਨੇ ਉਸ ਬੱਚੇ ਦੇ ਸਿਰ 'ਤੇ ਹੱਥ ਰੱਖਿਆ, ਘੁੱਟ ਕੇ ਗਲੇ ਨਾਲ ਆਇਆ ਅਤੇ ਕਹਿਣ ਲੱਗੇ, ਪੁੱਤਰ ਤੇਰੇ ਮਾਂ ਪਿਓ ਕਿੱਡੇ ਵੱਡੇ ਭਾਗਾਂ ਵਾਲੇ ਨੇ ਕਿ ਇਹੋ ਜਿਹਾ ਪੁੱਤਰ ਬਖਸ਼ਿਆ ਜਿਹੜਾ ਬਾਣੀ ਪੜ੍ਹਦਾ। ਉਹਦੀਆਂ ਅੱਖਾਂ 'ਚੋਂ ਅੱਥਰੂ ਸਨ। ਕਹਿਣ ਲੱਗੇ, ਪੁੱਤਰ ਮੈਂ ਤੈਨੂੰ ਕੋਈ ਬੁਰੀ ਗੱਲ ਤਾਂ ਨਹੀਂ ਕੀ, ਤੂੰ ਰੋਣਾ ਕਿਉਂ ਸ਼ੁਰੂ ਕਰ ਦਿੱਤਾ? ਉਹ ਕਹਿਣ ਲੱਗਾ, ਬਾਬਾ ਜੀ ਤੁਹਾਨੂੰ ਭਾਈ ਸਾਹਿਬ ਮੈਂ ਦੱਸਾਂ ਕਿ ਤੁਸੀਂ ਮੇਰੇ ਮਾਂ ਪਿਓ ਨੂੰ ਤਾਂ ਕਹਿ ਰਹੇ ਹੋ ਬੜੇ ਚੰਗੇ ਨੇ, ਲੇਕਿਨ ਮੈਂ ਅਭਾਗਾ, ਮੈਂ ਆਪਣੇ ਢਿੱਡ ਦੀ ਭੁੱਖ ਮਿਟਾਉਣ ਨੂੰ ਇਹ ਕੀਰਤਨ ਕਰਦਾ, ਬਾਣੀ ਪੜ੍ਹ ਲੈਂਦਾ ਹਾਂ ਕਿ ਮੈਨੂੰ ਚਾਰ ਸੰਗਤ ਦੇ ਲੋਕ ਪੈਸੇ ਦੇ ਦਿੰਦੇ ਨੇ, ਲੇਕਿਨ ਮੇਰੇ ਸਿਰ 'ਤੇ ਮਾਂ ਪਿਓ ਨਹੀਂ, ਮੈਂ ਯਤੀਮ ਹਾਂ। ਭਾਈ ਲਛਮਣ ਸਿੰਘ ਧਾਰੋਵਾਲ ਜੀ ਨੇ ਉਸ ਵੇਲੇ ਉਸ ਬੱਚੇ ਦੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਆਪਣੇ ਸੀਨੇ ਨਾਲ ਲਾਇਆ, ਕਿਹਾ ਕਿ ਮੇਰੇ ਘਰ ਵੀ ਰੱਬ ਨੇ ਕੋਈ ਬਾਬੇ ਨਾਨਕ ਨੇ ਔਲਾਦ ਨਹੀਂ ਦਿੱਤੀ, ਲੇਕਿਨ ਅੱਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਸੰਗਤ ਭਰੀ ਸੰਗਤ ਵਿੱਚ ਮੈਂ ਤੈਨੂੰ ਆਪਣਾ ਪੁੱਤਰ ਮੈਂ ਨਾ, ਅੱਜ ਤੋਂ ਬਾਅਦ ਮੈਂ ਕਹਾਂਗਾ ਮੇਰਾ ਪੁੱਤਰ, ਮੇਰੇ ਘਰ ਔਲਾਦ ਕੋਈ ਨਹੀਂ, ਅਤੇ ਨਾ ਅੱਜ ਤੋਂ ਬਾਅਦ ਤੂੰ ਕਹਿਣਾ ਹੈ ਕਿ ਮੈਂ ਯਤੀਮ ਹਾਂ। ਅਤੇ ਉਸ ਭਾਈ ਲਛਮਣ ਸਿੰਘ ਧਾਰੋਵਾਲ ਜੀ ਜਦੋਂ ਆਪਣੇ ਪਿੰਡੋਂ ਚੱਲੇ, ਉਸ ਦਿਨ ਉਸਦੇ ਪੁੱਤਰ ਮੰਗਲ ਸਿੰਘ ਜਿਹੜਾ ਸੀਗਾ ਕਿਰਪਾਨ ਬਹਾਦਰ ਦਾ ਉਹਨੂੰ ਖਿਤਾਬ ਮਿਲਿਆ, ਖਾਲਸਾ ਪੰਥ ਨੇ ਦਿੱਤਾ। ਉਸ ਮੰਗਲ ਸਿੰਘ ਕਿਰਪਾਨ ਬਹਾਦਰ ਆਪਣੀ ਘਰਵਾਲੀ ਦਾ ਮੁਕਲਾਵਾ ਲੈ ਕੇ ਪਹੁੰਚਿਆ ਸੀ, ਅਤੇ ਉਹਦੀ ਸੱਸ ਨੇ ਕਿਹਾ, ਪੁੱਤਰ ਅੱਜ ਤੋਂ ਕੁਛ ਦਿਨ, ਚੰਦ ਦਿਨ ਪਹਿਲਾਂ ਆਪਣੀ ਧੀ ਦਾ ਪੱਲਾ ਤੇਰੇ ਲੜ ਲਾਇਆ ਸੀ, ਅਤੇ ਅੱਜ ਤੂੰ ਕਹਿੰਦਾ ਮੈਂ ਆਪਣੇ ਪਿਓ ਨਾਲ ਜਾਣਾ। ਉਹਨੇ ਕਿਹਾ ਕਿ ਤੁਸੀਂ ਅੱਜ ਮੇਰੇ ਪੱਲੇ ਲਾਇਆ ਸੀ, ਲੇਕਿਨ ਇਸ ਤੋਂ ਪਹਿਲਾਂ ਮੇਰੇ ਇਸ ਧਰਮ ਦੇ ਪਿਤਾ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ 'ਤੇ ਲਾਇਆ, ਅਤੇ ਜਿਸ ਰਾਹ 'ਤੇ ਇਹ ਤੁਰ ਰਿਹਾ ਉਸੇ ਰਾਹ 'ਤੇ ਮੈਂ ਤੁਰਾਂਗਾ। ਇਸੇ ਜਗ੍ਹਾ 'ਤੇ ਹੀ ਸਾਧ ਸੰਗਤ ਜੀ ਉਸ ਮੰਗਲ ਸਿੰਘ ਜਿਹੜਾ ਸੀ ਕਿਰਪਾਨ ਬਹਾਦਰ ਦੀ ਧਰਮ ਪਤਨੀ ਵੀ ਆਪਣੇ ਪਤੀ ਨੂੰ ਖੁਸ਼ੀ ਨਾਲ ਜਿਹੜਾ ਹੈ ਨਨਕਾਣਾ ਸਾਹਿਬ ਦੇ ਉੱਤੇ ਮਹੰਤਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਉੱਥੇ ਆਪਣੀਆਂ ਸ਼ਾਂਤਮਈ ਰਹਿ ਕੇ ਸ਼ਹਾਦਤਾਂ ਦੇਣ ਲਈ ਉਸ ਜਗ੍ਹਾ ਤੋਂ ਭੇਜਿਆ ਸੀ। ਇਸ ਕਰਕੇ ਗੁਰਦੁਆਰਾ ਨਿਹੰਗ ਸਿੰਘਾਂ ਦੀ ਛਾਉਣੀ ਕਿਹਾ ਜਾਂਦਾ। ਨਿਹੰਗ ਉਹੀ ਹੈ ਜਿਹੜਾ ਬੇਖੌਫ ਹੁੰਦਾ ਹੈ, ਜਿਹੜਾ ਬਾਣੀ ਅਤੇ ਬਾਣੀ ਨਾਲ ਜੁੜਿਆ ਰਹਿੰਦਾ ਹੈ, ਜਿਹੜਾ ਸਿਰਫ ਉਸ ਅਕਾਲ ਦੀ ਪੂਜਾ ਕਰਦਾ ਹੈ, ਉਹ ਕਿਸੇ ਹੋਰ ਦੀ ਪ੍ਰਭਾਵ ਹੀ ਨਹੀਂ ਕਰਦਾ। ਉਸੇ ਕਰਕੇ ਪੁਰਾਤਨ ਸਿੰਘਾਂ ਦੇ ਵਿੱਚੋਂ ਇੱਥੋਂ ਦੀ ਪੁਰਾਣੀ ਕਹਿੰਦੇ, ਪੁਰਾਣੇ ਸਿੰਘ ਜੀ ਉੱਥੇ ਰਹਿੰਦੇ ਸਨ, ਅਤੇ ਕਿਸੇ ਸਿੰਘ ਨੇ ਰਾਤ ਨੂੰ ਜਦੋਂ ਪ੍ਰਸ਼ਾਦਾ ਛਕਣਾ ਅਤੇ ਉਹਨਾਂ ਨੂੰ ਕਹਿਣਾ ਬਾਬਾ ਜੀ ਸੋ ਜਾਓ, ਉਹ ਕਹਿੰਦਾ ਨਹੀਂ ਮੈਂ ਅੜਿੰਗ ਵੜਿੰਗ ਹੋ ਰਿਹਾ। ਇਹ ਬਾਬਾ ਜੀ ਅੜਿੰਗ ਵੜਿੰਗ ਕੀ ਹੁੰਦਾ? ਉਹ ਅੱਜ ਵੀ ਕਈ ਪੁੱਛਦੇ ਨੇ ਬੱਚੇ ਅੜਿੰਗ ਵੜਿੰਗ ਨਹਾ ਕਿਵੇਂ ਕਰਦੇ ਨੇ, ਉਹ ਕੀ ਕਰਦਾ ਚੌਂਕੜੀ ਮਾਰ ਕੇ ਲੰਗਰ ਛੱਕ ਕੇ ਬੈਠ ਗਿਆ। ਉਹਨੇ ਕਿਹਾ ਬਾਬਾ ਜੀ ਸੋ ਜਾਓ, ਕਹਿੰਦਾ ਨਹੀਂ ਮੈਂ ਬਸ 2 ਮਿੰਟ ਝੋਕੇ ਲੈਣਾ, ਫਿਰ ਸਿੱਧਾ, ਫਿਰ ਵਾਹਿਗੁਰੂ, ਫਿਰ ਝੋਕਾ, ਫਿਰ ਵਾਹਿਗੁਰੂ। ਉਸ ਚੌਂਕੜੀ ਮਾਰ ਕੇ ਹੀ ਸੋ ਲੈਂਦੇ ਸਨ, ਉਹਨੂੰ ਕਹਿੰਦੇ ਸਨ ਅੜਿੰਗ ਵੜਿੰਗ। ਤਾਂ ਹੀ ਖਾਲਸਾ 18ਵੀਂ ਸਦੀ ਵਿੱਚ ਜਦੋਂ ਕੋਠਿਆਂ ਦੀ ਘੋੜਿਆਂ ਦੀ ਕਾਠੀਆਂ 'ਤੇ ਰਹਿ ਕੇ ਸੁੱਕੇ ਛੋਲੇ ਖਾ ਕੇ ਵੀ, ਫਟੇ ਚੋਲੇ ਪਾ ਕੇ ਵੀ ਉਹ ਗੁਜ਼ਾਰਾ ਕਰਦਾ ਰਿਹਾ, ਲੇਕਿਨ ਉਸਨੇ ਫਿਰ ਨਵਾਬ ਕਪੂਰ ਸਿੰਘ ਵਰਗੇ ਸਿੱਖ ਸੁਰਮੇ ਪੈਦਾ ਕੀਤੇ, ਜਿਨ੍ਹਾਂ ਨੇ ਜੇ ਉਹਨਾਂ ਨੂੰ ਨਵਾਬੀ ਵੀ ਦਿੱਤੀ ਜਾ ਰਹੀ ਹੈ। ਉਹ ਕਹਿੰਦਾ ਖਾਲਸਾ ਜੀ ਮੈਂ ਘੋੜਿਆਂ ਦੀ ਲਿੱਧ ਪਹਿਲਾਂ ਚੱਕਣੀ ਪਸੰਦ ਕਰਾਂਗਾ, ਮੈਂ ਖਾਲਸਾ ਮੈਨੂੰ ਤੁਸੀਂ ਦਿੰਦੇ ਹੋ ਲੇਕਿਨ ਸਿੰਘਾਂ ਦੇ ਚਰਨਾਂ ਨੂੰ ਛੁਆ ਕੇ ਮੈਂ ਲਵਾਂਗਾ, ਲੇਕਿਨ ਮੈਂ ਪੱਖੇ ਦੀ ਸੇਵਾ ਕਿਸੇ ਨੂੰ ਨਹੀਂ ਦੇਣੀ, ਮੈਂ ਘੋੜਿਆਂ ਦੀ ਲਿੱਧ ਚੁੱਕਣ ਦੀ ਸੇਵਾ ਕਿਸੇ ਨੂੰ ਦੇਣੀ। ਅੱਜ ਜ਼ਰੂਰਤ ਹੈ ਕਿ ਅਸੀਂ ਨਵਾਬ ਕਪੂਰ ਸਿੰਘ ਵਰਗੇ ਜਿਹੜੇ ਯੋਧੇ ਮਾਵਾਂ ਦੀ ਕੁੱਖ 'ਚੋਂ ਪੈਦਾ ਕਰ ਸਕੀਏ, ਤਾਂ ਕਿ ਜਿਹੜਾ ਸਾਡਾ ਖਾਲਸਾ ਪੰਥ ਇਹਨਾਂ ਪੰਥ ਤੋਂ ਜਿਹੜੇ ਵਿਛੜੇ ਧਾਮਾਂ ਵਿੱਚੋਂ ਇਹੋ ਜਿਹੇ ਨਿਹੰਗਾਂ ਦੇ ਪ੍ਰਾਤਨ ਸਥਾਨ ਨੇ, ਇੱਥੇ ਵੀ ਜਿਹੜੀਆਂ ਨੇ ਉਹ ਬਹਾਰਾਂ ਆਉਣ, ਔਰ ਇੱਥੇ ਵੀ ਜਿਹੜਾ ਹੈ ਉਸੇ ਤਰ੍ਹਾਂ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਸਾਡੀਆਂ ਪੁਰਾਣੀਆਂ ਭੁੱਲਾਂ ਚੁੱਕਾਂ ਨੂੰ ਬਖਸ਼ ਕੇ, ਅਤੇ ਹੁਣ ਇੱਥੇ ਆਉਣ ਵਾਲੇ ਵਕਤ ਵਿੱਚ ਇੱਥੇ ਵੀ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਦਨ ਦਾਰੇ ਬਖਸ਼ ਕੇ ਇਸੇ ਤਰ੍ਹਾਂ ਪੰਥ ਨੂੰ ਨਿਹਾਲ ਕਰਦੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ, ਅਤੇ ਸਾਧ ਸੰਗਤ ਜੀ ਇਹ ਆਪਣਾ ਮਾਣ ਮੱਤਾ ਇਤਿਹਾਸ ਜਿਸ ਦੇ ਸਿਰ 'ਤੇ ਅਸੀਂ ਇਹ 17 ਸੋਹਣੀਆਂ ਬਾਣੇ ਸਜਾ ਕੇ ਤੁਰੇ ਫਿਰ ਰਹੇ ਹਾਂ, ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਗੁਰਸਿੱਖੀ ਬਖਸ਼ਣ, ਆਪ ਜੀ ਦਰਸ਼ਨ ਕਰੋ ਇਮਾਰਤ ਦੇ, ਜਿਵੇਂ ਕਦੀ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਸੀਗੀ ਜਦੋਂ ਦਰਬਾਰ ਸਾਹਿਬ ਜਾ ਰਹੇ ਸੀਗੇ ਕਿ ਭਾਈ ਜਿੰਨੇ ਮੁੜਨਾ ਮੁੜ ਜਾਓ, ਜਿੰਨੇ ਸ਼ਹੀਦ ਹੋਣਾ ਉਹ ਲਕੀਰ ਟੱਪ ਜਾਓ, ਉਦੋਂ ਵੀ ਜਿੰਨੇ ਸਿੰਘ ਨਾਲ ਸੀਗੇ ਸਾਰੇ ਦੇ ਸਾਰੇ ਇਤਿਹਾਸ ਦੱਸਦਾ ਹੈ ਉਸ ਲਕੀਰ ਨੂੰ ਟੱਪ ਗਏ ਸੀ। ਅਜਿਹਾ ਹੀ ਇੱਥੇ ਹੋਇਆ, ਭਾਈ ਲਛਮਣ ਸਿੰਘ ਜੀ ਨੇ ਨਾਲ ਆਈ ਸੰਗਤਾਂ ਨੂੰ, ਸਿੰਘਾਂ ਨੂੰ ਮੌਕਾ ਦਿੱਤਾ, ਭਾਈ ਜੇ ਕੋਈ ਸ਼ਹੀਦੀ ਤੋਂ ਪਿੱਛੇ ਹੈ, ਇਸ ਵੇਲੇ ਵੀ ਅਜੇ ਹਟਣਾ ਚਾਹੁੰਦਾ ਹੈ, ਘਰ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ, ਅਤੇ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਬਾਬੇ ਦਾਦਿਆਂ ਨੇ ਉਸ ਵੇਲੇ ਸ਼ਹੀਦ ਹੋਣਾ ਪ੍ਰਵਾਨ ਕੀਤਾ, ਪਿੱਛੇ ਮੁੜਨਾ ਪ੍ਰਵਾਨ ਨਹੀਂ ਕੀਤਾ। ਅੱਜ ਉਹਨਾਂ ਦੀ ਸ਼ਹੀਦੀ ਹੈ, ਸਾਡਾ ਸੀਸ ਉਹਨਾਂ ਨੂੰ ਝੁਕਦਾ ਹੈ। ਇਹ ਭਾਈ ਇਹ ਹੈ ਗੁਰਦੁਆਰਾ ਸਾਹਿਬ ਨਿਹੰਗ ਸਿੰਘਾਂ ਦੀ ਛਾਉਣੀ। ਅਜੇ ਇਸ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਨਹੀਂ ਹੈ, ਤਕਰੀਬਨ ਬੰਦ ਰਹਿੰਦਾ ਹੈ, ਪਰ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਅੱਗੇ ਵੀ ਦਰਸ਼ਨ ਦਿਦਾਰੇ ਕਰ ਰਹੇ ਹਾਂ,
ਬਹੁਤ ਤੇਜ਼ੀ ਨਾਲ ਇੱਥੇ ਸੇਵਾਵਾਂ ਚੱਲ ਰਹੀਆਂ ਹਨ। ਜਿਹੜਾ ਪੰਜਵੀਂ ਛੇਵੀਂ ਪਾਤਸ਼ਾਹੀ ਪਿੱਛੇ ਅਸੀਂ ਦਰਸ਼ਨ ਕਰਕੇ ਆਏ ਹਾਂ ਉਹ ਵੀ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਹੀ ਮਹਾਰਾਜ ਦਾ ਪ੍ਰਕਾਸ਼ ਹੋਇਆ। ਸੋ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਛੇਤੀ ਹੌਲੀ ਹੌਲੀ ਇੱਥੇ ਵੀ ਆ ਕੇ ਪ੍ਰਕਾਸ਼ਮਾਨ ਹੋਣਗੇ ਅਤੇ ਸੰਗਤਾਂ ਦੀਆਂ ਲਹਿਰਾਂ ਬਹਿਰਾਂ ਲੱਗਣ। ਸਾਡੀ ਵੀ ਇਹੀ ਅਰਦਾਸ ਹੈ ਗੁਰੂ ਸਾਹਿਬ ਕਿਰਪਾ ਕਰਨ, ਆਪ ਜੀ ਨੇ ਸੇਵਾ ਪ੍ਰਵਾਨ ਕਰਨੀ, ਬਾਕੀ ਸੰਗਤ ਦੇ ਨਾਲ ਸ਼ੇਅਰ ਕਰਦੇ ਰਹਿਣਾ। ਹੋਈਆਂ ਭੁੱਲਾਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਇਹ ਉਪਰਾਲਾ ਜਿਹੜਾ ਅਸੀਂ ਇਸ ਲਈ ਕਰ ਰਹੇ ਹਾਂ ਕਿ ਸਾਨੂੰ ਵਕਫ ਬੋਰਡ ਵੱਲੋਂ ਵੀ ਪੂਰੀ ਪਰਮਿਸ਼ਨ ਹੈ ਕਿ ਤੁਸੀਂ ਹਰ ਗੁਰੂ ਘਰ ਦੇ ਦਰਸ਼ਨ ਜਿਹੜੇ ਨੇ ਆਉਣ ਵਾਲੀ ਸੰਗਤ ਨੂੰ ਕਰਾਓ। ਇਸ ਵਾਸਤੇ ਅਸੀਂ ਜਿਹੜੇ ਸਾਡੀ ਵਕਫ ਬੋਰਡ ਦੀ ਟੀਮ ਹੈ, ਵੀਕੇ ਟਰੱਸਟ ਬੋਰਡ ਦੀ ਟੀਮ ਹੈ, ਉਹ ਸਾਨੂੰ ਖੁੱਲ੍ਹੇ ਦਰਸ਼ਨ ਦੇ ਦਾਇਰੇ ਕਰਵਾਉਣ ਵਾਸਤੇ ਪਰਮਿਸ਼ਨ ਦਿੰਦੀ ਹੈ। ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਸ਼ੁਕਰ ਗੁਜ਼ਾਰ ਹਾਂ। ਔਰ ਮਜ਼ੀਦ ਜਿਸ ਤਰ੍ਹਾਂ ਕਿ ਕਿਹਾ ਗਿਆ ਕਿ ਗੁਰਦੁਆਰੇ ਸਾਹਿਬ ਜਿਹੜੇ ਨੇ ਖੋਲ੍ਹੇ ਜਾ ਰਹੇ ਨੇ, ਬਹੁਤ ਜ਼ਿਆਦਾ ਖੁਸ਼ਖਬਰੀਆਂ ਆ ਰਹੀਆਂ ਨੇ ਪਾਕਿਸਤਾਨ ਦੀ ਤਰਫੋਂ। ਜਿੱਦਾਂ ਕਸ਼ਮੀਰ ਦੇ ਵਿੱਚੋਂ ਬੜੀ ਸੋਹਣੀ ਆਵਾਜ਼ ਆਈ ਹੈ, ਜਿਸ ਤਰ੍ਹਾਂ ਸਿੰਘ ਭਰਾਵਾਂ ਨੇ ਖਿਦਮਤ ਕੀਤੀ ਹੈ, ਉਸੇ ਤਰ੍ਹਾਂ ਹੀ ਜਵਾਬ ਦੇ ਵਿੱਚ ਕੋਈ 10 ਮੈਸੇਜ ਆ ਚੁੱਕੇ ਨੇ ਕਿ ਕਿੱਦਾਂ ਕਿੱਦਾਂ ਜਿਹੜਾ ਮੁਸਲਮਾਨ ਭਰਾਵਾਂ ਨੇ ਵੀ ਆਪਣੀਆਂ ਦੁਕਾਨਾਂ, ਆਪਣੇ ਹੋਟਲ, ਆਪਣੇ ਬਾਜ਼ਾਰ, ਉਹ ਸਾਰਾ ਕੁਝ ਖੋਲ੍ਹ ਦਿੱਤਾ। ਮੈਂ ਕਹਾਂਗਾ ਕਿ ਇਸ ਚੀਜ਼ ਦੀ ਲੋੜ ਹੈ, ਪਿਆਰ ਦੀ, ਮੁਹੱਬਤ ਦੀ। ਨਫ਼ਰਤ ਪਾਉਣੀ ਬਹੁਤ ਔਖੀ ਹੈ ਜੀ, ਸਾਂਝਾ ਪਾਓ, ਪਿਆਰ ਪਾਓ, ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਜੀ। ਠੀਕ ਹੈ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਸੀ ਗੁਰਦੁਆਰਾ ਨਿਹੰਗ ਸਿੰਘ ਚੌਕੀ, ਜਿਹੜੀ ਹੈ ਨਿਹੰਗ ਕੰਟੋਨਮੈਂਟ, ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ। ਠੀਕ ਹੈ ਜੀ, ਜਿੱਦਾਂ ਕਿ ਭਾਅ ਜੀ ਨੇ ਸਾਰਾ ਇਤਿਹਾਸ ਦੱਸਿਆ, ਰੱਬ ਰੱਖਾ ਜੀ।